ਖਬਰਾਂ ਦੇ ਆਰ ਪਾਰ ਦੀ ਤਾਜ਼ਾ ਕੜੀ ਲੈ ਕੇ ਤੁਹਾਡੇ ਰੂਬਰੂ ਹਾਂ। ਦੋਸਤੋ, ਤੁਸੀਂ ਜਾਣਦੇ ਹੋ ਇਸ ਪ੍ਰੋਗਰਾਮ ਤਹਿਤ ਅਸੀਂ ਕਰਦੇ ਹਾਂ ਚਰਚਾ ਅਖਬਾਰਾਂ ਦੀਆਂ ਉੱਭਰਵੀਆਂ ਅਹਿਮ ਸੁਰਖੀਆਂ 'ਤੇ, ਅਤੇ ਅੱਜ ਚਰਚਾ ਲਈ ਸਾਡੇ ਸਟੂਡੀਓ ਵਿੱਚ ਨੇ ਸ਼੍ਰੀ ਸਤਨਾਮ ਸਿੰਘ ਮਾਣਕ, ਜਿਹੜੇ ਸੀਨੀਅਰ ਪੱਤਰਕਾਰ ਨੇ ਅਤੇ ਰੋਜ਼ਾਨਾ ਅਜੀਤ ਦੇ ਕਾਰਜਕਾਰੀ ਸੰਪਾਦਕ ਨੇ। ਚਲੰਤ ਮਾਮਲਿਆਂ ਦੇ ਮਾਹਰ ਨੇ, ਉਹਨਾਂ ਨੂੰ ਵੱਖ ਵੱਖ ਮੰਚਾਂ ਤੋਂ ਤੁਸੀਂ ਪੜ੍ਹਦੇ ਸੁਣਦੇ ਰਹਿੰਦੇ ਹੋ। ਸਭ ਤੋਂ ਪਹਿਲੀ ਖਬਰ ਜਿਹੜੀ ਅੱਜ ਅਸੀਂ ਇਸ ਪ੍ਰੋਗਰਾਮ ਦੇ ਤਹਿਤ ਲੈਣ ਜਾ ਰਹੇ ਹਾਂ, ਉਹ ਹੈਗੀ ਹੈ ਜੀ, ਸੁੱਚਾ ਸਿੰਘ ਲਗਾ ਨੂੰ ਆਖਿਰਕਾਰ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ ਹੈਗਾ। ਤੋ ਮਨ ਦੇ ਵਿੱਚ ਸਵਾਲ ਪੈਦਾ ਹੁੰਦਾ, ਇਹਦਾ ਪਿਛੋਕੜ ਅਸੀਂ ਸਾਰੇ ਜਾਣਦੇ ਹੈਗੇ। ਮਨ 'ਚ ਜਿਹੜਾ ਹੁਣ ਸਵਾਲ ਪੈਦਾ ਹੁੰਦਾ, ਉਹ ਮਨ 'ਚ ਇਹ ਹੈਗਾ ਕਿ ਕੀ ਅਕਾਲੀ ਦਲ ਨੂੰ ਜਿਹੜਾ ਹੋਣ ਵਾਲਾ ਸਿਆਸੀ ਨੁਕਸਾਨ ਹੈ, ਉਸ ਤੋਂ ਬਚਾਉਣ ਦੀ ਖਾਤਰ ਇਹ ਫੈਸਲਾ ਲਿਆ ਗਿਆ? ਪ੍ਰੈਸ ਸਾਹਿਬ, ਅਕਾਲੀ ਦਲ ਦਾ ਜਿਹੜਾ ਰਾਜਨੀਤਿਕ ਨੁਕਸਾਨ ਹੋਣਾ ਸੀ ਉਹ ਹੋ ਚੁੱਕਾ ਹੈ ਜੀ। ਉਹਦੇ 'ਚ ਜਿੱਥੋਂ ਤੱਕ ਸਿੰਘ ਸਾਹਿਬਾਨ ਦਾ ਸੰਬੰਧ ਹੈ, ਉਹਨਾਂ ਦੇ ਉੱਪਰ ਨੈਤਿਕ ਤੌਰ 'ਤੇ ਇਹ ਜ਼ਿੰਮੇਵਾਰੀ ਆ ਰਹੀ ਸੀ ਕਿ ਇੱਕ ਅਜਿਹਾ ਵਿਅਕਤੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਲੀਡਰ ਰਿਹਾ ਔਰ ਪੰਜਾਬ ਦਾ ਕੈਬਨਿਟ ਮੰਤਰੀ ਰਿਹਾ, ਅਤੇ ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਧਾਰਮਿਕ ਕਮੇਟੀ ਦਾ ਜਿਹੜਾ ਵੀ ਜਿਹੜਾ ਮੈਂਬਰ ਆ, ਅਜਿਹੇ ਵਿਅਕਤੀ ਦੀ ਇੱਕ ਬੜੀ ਇਤਰਾਜ਼ਯੋਗ ਵੀਡੀਓ ਜੇ ਸਾਹਮਣੇ ਆਈ ਹੈ ਤਾਂ ਉਹ ਧਾਰਮਿਕ ਖੇਤਰ ਦੀ ਜਿਹੜੀ ਸਿੱਖ ਪੰਥ ਦੀ ਲੀਡਰਸ਼ਿਪ ਆ ਉਹਦੇ ਉੱਪਰ ਵੀ ਇਹ ਜ਼ਿੰਮੇਵਾਰੀ ਆ ਜਾਂਦੀ ਹੈ ਕਿ ਉਹ ਉਸਨੇ ਉਹਦੇ ਬਾਰੇ ਕੀ ਫੈਸਲਾ ਲਿਆ। ਸੋ ਇਸ ਸੰਦਰਭ ਵਿੱਚ ਸਿੰਘ ਸਾਹਿਬਾਨ ਨੇ ਆਪਣੀ ਮੀਟਿੰਗ ਕਰਕੇ ਉਸ ਨੂੰ ਜਿਹੜਾ ਸਿੱਖ ਪੰਥ 'ਚੋਂ ਛੇਕ ਦਿੱਤਾ ਹੈਗਾ, ਇੱਕ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਹੈ। ਬਾਕੀ ਜਿੱਥੋਂ ਤੱਕ ਅਕਾਲੀ ਦਲ ਦੇ ਰਾਜਨੀਤਿਕ ਨੁਕਸਾਨ ਦਾ ਸੰਬੰਧ ਹੈ, ਉਹ ਨੁਕਸਾਨ ਹੋ ਚੁੱਕਾ। ਜਿਸ ਤਰ੍ਹਾਂ ਦੀ ਉਹਨਾਂ ਦੀ ਸੁੱਚਾ ਸਿੰਘ ਲੰਗਾ ਦੀ ਵੀਡੀਓ ਸਾਹਮਣੇ ਆਈ, ਉਹ ਤੋਂ ਬਾਅਦ ਜੋ ਚਰਚਾ ਹੋਈ, ਜਿਸ ਤਰ੍ਹਾਂ ਉਹਨਾਂ ਦੀ ਜਿਸ ਤਰ੍ਹਾਂ ਅਕਾਲੀ ਦਲ ਦੀ ਵਿਰੋਧੀ ਪਾਰਟੀ ਕਾਂਗਰਸ ਨੇ ਇਸ ਸਾਰੇ ਮਾਮਲੇ ਨੂੰ ਵਰਤਿਆ, ਉਹਦੇ ਨਾਲ ਅਕਾਲੀ ਦਲ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਇਹਦੀ ਕੀਮਤ ਅਕਾਲੀ ਦਲ ਨੂੰ ਚੁਕਾਉਣੀ ਪਏਗੀ। ਇਹ ਤਾਂ ਗੱਲ ਇਹ ਹੈ ਪ੍ਰੈਸ ਸਾਹਿਬ, ਪਰ ਪ੍ਰੈਸ ਸਾਹਿਬ ਮੈਂ ਇਹ ਸੋਚਦਾ ਕਿ ਅਕਾਲੀ ਦਲ ਵਰਗੀ ਪਾਰਟੀ ਜਿਹੜੀ ਆਪਣੇ ਆਪ ਨੂੰ ਸਿੱਖ ਪੰਥ ਦਾ ਅਹਿਮ ਹਿੱਸਾ ਦੱਸਦੀ ਹੈ, ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦੇ ਮੁਤਾਬਕ ਚੱਲਣ ਦਾ ਦਾਅਵਾ ਅਤੇ ਵਾਅਦਾ ਕਰਦੀ ਹੈ, ਅਜਿਹੀ ਪਾਰਟੀ 'ਚ ਇੰਨੇ ਸਮੇਂ ਤੋਂ ਇਸ ਤਰ੍ਹਾਂ ਦੇ ਲੋਕ ਸ਼ਾਮਿਲ ਹੈ ਔਰ ਇਸ ਤਰ੍ਹਾਂ ਦੇ ਛੱਕੀ ਕਿਰਦਾਰ ਵਾਲੇ ਲੋਕ ਜਿਹੜੇ ਆ ਲੀਡਰਸ਼ਿਪ ਦੀਆਂ ਕੁਰਸੀਆਂ 'ਤੇ ਬਿਰਾਜਮਾਨ ਹੈ, ਉਹ ਅਕਾਲੀ ਦਲ ਨੇ ਜੇ ਆਪਣਾ ਅਕਸ ਸਾਫ਼ ਸੁਥਰਾ ਰੱਖਣਾ ਸੀ, ਆਪਣੇ ਆਪ ਨੂੰ ਲੋਕਾਂ ਅੱਗੇ ਜਵਾਬਦੇਹ ਰੱਖਣਾ ਸੀਗਾ, ਤਾਂ ਉਸ ਨੂੰ ਇਹ ਜੇਕਰ ਸੁੱਚਾ ਸਿੰਘ ਲੰਗਾਹ ਦੀਆਂ ਇਸ ਤਰ੍ਹਾਂ ਦੀਆਂ ਹਰਕਤਾਂ ਉਹਦੇ ਪਹਿਲਾਂ ਹੀ ਨੋਟਿਸ ਵਿੱਚ ਸੀਗੀਆਂ ਤਾਂ ਅਕਾਲੀ ਦਲ ਨੂੰ ਪਹਿਲਾਂ ਹੀ ਇਹਦਾ ਨੋਟਿਸ ਲੈਣਾ ਚਾਹੀਦਾ ਸੀ। ਜੇ ਅਕਾਲੀ ਦਲ ਨੇ ਆਪਣੀ ਘਰ ਦੀ ਠੀਕ ਤਰ੍ਹਾਂ ਸਫਾਈ ਕੀਤੀ ਹੁੰਦੀ ਤਾਂ ਅੱਜ ਅਕਾਲੀ ਦਲ ਨੂੰ ਇਹ ਦਿਨ ਨਾ ਦੇਖਣੇ ਪੈਂਦੇ ਜੀ। ਤੁਸੀਂ ਬਿਲਕੁਲ ਠੀਕ ਹੈ ਜੀ। ਅਤੇ ਦੂਜੇ ਬੰਨੇ ਗੁਰਦਾਸਪੁਰ ਦੀ ਜਿਹੜੀ ਜ਼ਿਮਨੀ ਚੋਣਾਂ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ, ਖਬਰ ਇਹ ਵੀ ਹੈਗੀ ਕਿ ਕਾਂਗਰਸ ਦੇ ਕੁਛ ਲੋਕਾਂ ਨੇ ਜਿਹੜਾ ਚੋਣ ਕਮਿਸ਼ਨ ਹੈਗਾ ਉਸਨੂੰ ਸਲਾਰੀਆ ਦੇ ਖਿਲਾਫ਼ ਸ਼ਿਕਾਇਤ ਕੀਤੀ ਹੈਗੀ ਹੈ, ਕਿਸ ਤਰ੍ਹਾਂ ਦੇਖਦੇ ਹੋ? ਪ੍ਰੈਸ ਸਾਹਿਬ, ਇੱਕ ਤਾਂ ਗੱਲ ਇਹ ਹੁੰਦੀ ਹੈ, ਕਹਿੰਦੇ ਵੀ ਜੇ ਤੁਸੀਂ ਆਪਣਾ ਅੱਗਾ ਪਿੱਛਾ ਜਿਹੜਾ ਉਹ ਬਣਵਾਉਣਾ ਆ, ਮਤਲਬ ਕਿ ਤੁਹਾਡੇ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਅੱਗੇ ਪਿੱਛੇ ਦੀ ਸਾਰੀ ਜਾਣਕਾਰੀ ਲੋਕਾਂ ਤੱਕ ਪਹੁੰਚ ਜਾਵੇ, ਤਾਂ ਫਿਰ ਤੁਹਾਨੂੰ ਚੋਣਾਂ 'ਚ ਖੜੇ ਹੋ ਜਾਣਾ ਚਾਹੀਦਾ। ਅਤੇ ਇਹ ਚੋਣਾਂ ਦੇ ਵਿੱਚ ਤੁਹਾਡੇ ਵਿਰੋਧੀ ਆ ਜਿਹੜੇ, ਉਹ ਜਿਹੜਾ ਕਿੱਥੇ ਤੁਸੀਂ ਜੰਮੇ ਆ, ਕਿੱਥੇ ਪਲੇ ਆ, ਕਿੱਥੇ ਤੁਸੀਂ ਕੀ ਕੀਤਾ ਨਹੀਂ ਕੀਤਾ, ਜਾਂ ਅਜਿਹੀਆਂ ਗੱਲਾਂ ਵੀ ਤੁਹਾਡੇ ਖਾਤੇ 'ਚ ਪਾ ਦਿੱਤੀਆਂ ਜਾਣਗੀਆਂ ਜਿਹੜੀਆਂ ਤੁਸੀਂ ਨਾ ਵੀ ਕੀਤੀਆਂ ਹੋਣ। ਸੋ ਇਸ ਹੀ ਸੰਦਰਭ 'ਚ ਹੁਣ ਚੋਣਾਂ ਦਾ ਮੌਸਮ ਆ, ਅਤੇ ਸੁੱਚਾ ਸਿੰਘ ਲੰਗਾਹ ਦੇ ਬਾਰੇ 'ਚ ਵੀ ਜਿਹੜੀਆਂ ਸਾਰੀਆਂ ਚੰਗੀਆਂ ਮੰਦੀਆਂ ਗੱਲਾਂ ਸਾਹਮਣੇ ਆ ਰਹੀਆਂ, ਸਲਾਰੀਆ ਹੋਰਾਂ ਦੇ ਬਾਰੇ 'ਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ। ਇੱਕ ਔਰਤ ਹੈ ਜਿਸ ਨੇ ਕਿਹਾ ਕਿ ਉਹਨਾਂ ਨੇ ਮੇਰਾ ਸ਼ੋਸ਼ਣ ਕੀਤਾ, ਉਸਨੇ ਇਹ ਵੀ ਦਾਅਵਾ ਕੀਤਾ ਕਿ ਸਲਾਰੀਆ ਨਾਲ ਮਿਲ ਕੇ ਅਸੀਂ ਇੱਕ ਫਲੈਟ ਲਿਆ ਸੀ, ਉੱਥੇ ਮੈਂ ਕਾਫੀ ਸਮਾਂ ਸਲਾਰੀਆ ਦੇ ਨਾਲ ਰਹਿੰਦੀ ਰਹੀ ਹਾਂ। ਸੋ ਬੜੇ ਗੰਭੀਰ ਦੋਸ਼ ਆ, ਅਤੇ ਫਿਰ ਉਸ ਔਰਤ ਨੇ ਜਿਹੜਾ ਹੁਣ ਸੁਪਰੀਮ ਕੋਰਟ 'ਚ ਜਾਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਉਹਦੇ ਵੱਲੋਂ, ਅਤੇ ਬਾਕੀ ਸੱਚਾਈ ਕੀ ਆ, ਤੱਥ ਕਿੰਨੇ ਕੁ ਹੈਗੇ ਆ ਇਸ ਸਾਰੇ ਮਾਮਲੇ ਪਿੱਛੇ, ਜਾਂ ਇਹ ਕਹਾਣੀ ਕਿੰਨੀ ਕੁ ਵਧਾਈ ਘਟਾਈ ਗਈ ਹੈ, ਇਹਦਾ ਵੀ ਪਤਾ ਲੱਗੇਗਾ। ਪਰ ਫਿਲਹਾਲ ਇਸ ਘਟਨਾ ਨਾਲ ਵੀ ਜਿਹੜਾ ਭਾਜਪਾ ਦੇ ਉਮੀਦਵਾਰ ਸਲਾਰੀਆ, ਉਹਨਾਂ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਜੇਕਰ ਇਹਨਾਂ ਦੋਸ਼ਾਂ ਤੋਂ ਆਪਣੇ ਆਪ ਨੂੰ ਮੁਕਤ ਕਰਨ ਲਈ ਕੋਈ ਸਬੂਤ ਲੈ ਕੇ ਉਹ ਨਹੀਂ ਆਉਂਦੇ, ਤਾਂ ਇਹਦੇ ਨਾਲ ਵੀ ਜਿਹੜਾ ਭਾਜਪਾ ਦੇ ਉਮੀਦਵਾਰ ਆ ਉਹਨਾਂ ਨੂੰ ਨੁਕਸਾਨ ਹੋਏਗਾ ਜੀ। ਤੁਸੀਂ ਬਿਲਕੁਲ ਠੀਕ ਹੈ ਜੀ। ਅਤੇ ਖਬਰ ਲੈਂਦੇ ਹਾਂ ਚੀਨ ਅਤੇ ਪਾਕਿਸਤਾਨ ਨੂੰ ਲੈ ਕੇ ਲਗਾਤਾਰ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਇਸੇ ਪ੍ਰਸੰਗ ਦੇ ਵਿੱਚ ਭਾਰਤੀ ਹਵਾਈ ਫੌਜ ਦੇ ਮੁਖੀ BS ਧਨੋਆ ਹੋਰਾਂ ਦਾ ਇੱਕ ਬੜਾ ਮਹੱਤਵਪੂਰਨ ਬਿਆਨ ਅੱਜ ਆਇਆ। ਉਹਨਾਂ ਨੇ ਮੰਟੀ ਦੋਨਾਂ ਵੱਲ ਸੰਕੇਤ ਕਰਦੇ ਹੋਏ ਕਿਹਾ ਕਿ ਜਿਹੜੀ ਭਾਰਤੀ ਹਵਾਈ ਫੌਜ ਹੈਗੀ ਆ ਉਹ ਇੱਕੋ ਵੇਲੇ ਦੋ ਫਰੰਟਾਂ ਦੇ ਉੱਪਰ, ਦੋ ਮੋਰਚਿਆਂ ਦੇ ਉੱਪਰ ਲੜਾਈ ਲੜ ਸਕਦੀ ਆ। ਇਸ਼ਾਰਾ ਬੜਾ ਸਾਫ਼ ਹੈਗਾ, ਇੱਕ ਪਾਸੇ ਚੀਨ ਅਤੇ ਇੱਕ ਪਾਸੇ ਪਾਕਿਸਤਾਨ।
ਕਿਸ ਤਰ੍ਹਾਂ ਦੇਖਦੇ ਹੋ? ਪ੍ਰੈਸ ਸਾਹਿਬ ਉਹਨਾਂ ਨੇ ਇਹ ਜਿਹੜਾ ਬਿਆਨ ਦਿੱਤਾ ਜੀ, ਉਹ ਜਿਹੜੀ ਹਵਾਈ ਫੌਜ ਦਾ ਦਿਨ ਮਨਾਇਆ ਜਾਂਦਾ ਦੇਸ਼ 'ਚ, ਉਹ ਤੋਂ ਪੂਰਬਲੀ ਸ਼ਾਮ ਨੂੰ ਦਿੱਤਾ ਹੈਗਾ। ਅਤੇ ਜਿਹੜੇ ਮੈਂ ਮਹਿਸੂਸ ਕਰਦਾ ਕਿ ਸਾਡੇ ਜਿਹੜੇ ਜਨਰਲ ਹੈ, ਜਿਹੜੇ ਇਸ ਵੇਲੇ ਚਾਹੇ ਹਵਾਈ ਫੌਜ ਦਾ ਮੁਖੀ ਹੈ, ਚਾਹੇ ਥਲ ਸੈਨਾ ਦੇ ਬਿਪਨ ਰਾਵਤ ਹੋਰੀ ਮੁਖੀ ਹੈਗੇ ਆ, ਇਹਨਾਂ ਸਾਰੇ ਜਨਰਲਾਂ ਨੂੰ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ। ਜਿਹਨਾਂ ਜਨਰਲਾਂ ਨੂੰ ਸਿਰਫ ਇੰਨੀ ਗੱਲ ਕਰਨੀ ਚਾਹੀਦੀ ਆ ਕਿ ਅਸੀਂ ਦੇਸ਼ ਦੇ ਸਾਹਮਣੇ ਆਉਣ ਵਾਲੀ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਲਈ ਪੂਰੀ ਤਰ੍ਹਾਂ ਤਿਆਰ ਹਾਂ, ਅਸੀਂ ਦੇਸ਼ ਦੀ ਲੋਕਾਂ ਨੂੰ ਇਹ ਵਿਸ਼ਵਾਸ ਦਵਾਉਂਦੇ ਹਾਂ ਕਿ ਅਸੀਂ ਦੇਸ਼ ਦੀ ਸੁਰੱਖਿਆ ਪੂਰੀ ਤਨਦੇਹੀ ਨਾਲ ਪ੍ਰਤੀਬੱਧਤਾ ਨਾਲ ਕਰਾਂਗੇ ਅਤੇ ਲੋਕਾਂ ਨੂੰ ਇਸ ਸੰਬੰਧ 'ਚ ਕੋਈ ਫਿਕਰਮੰਦੀ ਕਰਨ ਦੀ ਲੋੜ ਨਹੀਂ ਹੈਗੀ। ਇਹ ਗੱਲ ਤਾਂ ਕਹਿਣੀ ਚਾਹੀਦੀ ਹੈ, ਅਸੀਂ ਇੱਕ ਦੇਸ਼ ਦਾ ਮੁਕਾਬਲਾ ਕਰਨ ਦੇ ਸਮਰੱਥ ਹਾਂ, ਅਸੀਂ ਇਕੱਠੇ ਦੋ ਦੇਸ਼ਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਹਾਂ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਜਿਹੜੇ ਭਾਰਤ ਦੇ ਗੁਆਂਢੀ ਦੇਸ਼ਾਂ ਨਾਲ ਸੰਬੰਧ ਜਿਹੜੇ ਆ ਉਹਨਾਂ ਨੂੰ ਵਿਗਾੜਨ ਦਾ ਯਤਨ ਨਹੀਂ ਕਰਨਾ ਚਾਹੀਦਾ। ਪਹਿਲਾਂ ਹੀ ਸਾਡੇ ਚੀਨ ਅਤੇ ਪਾਕਿਸਤਾਨ ਨਾਲ ਸੰਬੰਧ ਬਹੁਤੇ ਚੰਗੇ ਨਹੀਂ ਹੈਗੇ, ਅਤੇ ਰੋਜ਼ ਰੋਜ਼ ਸਾਡੇ ਜਨਰਲ, ਜਿੱਦਾਂ ਪਾਕਿਸਤਾਨ ਦੇ ਜਨਰਲ ਬਿਆਨ ਦਿੰਦੇ ਆ, ਰੋਜ਼ ਰੋਜ਼ ਸਾਡੇ ਜਨਰਲ ਬਿਆਨ ਦੇਣਗੇ ਕਿ ਅਸੀਂ ਪਾਕਿਸਤਾਨ ਨੂੰ ਜਿਹੜੇ ਚਣੇ ਚਬਾ ਦਿਆਂਗੇ, ਅਸੀਂ ਪਾਕਿਸਤਾਨ ਅਤੇ ਚੀਨ ਦੋਨਾਂ ਦਾ ਇਕੱਠਾ ਹੀ ਮੁਕਾਬਲਾ ਕਰ ਸਕਦੇ ਹਾਂ। ਇਸ ਤਰ੍ਹਾਂ ਦੀਆਂ ਜਿਹੜੀਆਂ ਮਾਰਕੇਵਾਜ਼ੀ ਵਾਲੀਆਂ ਗੱਲਾਂ ਇਹ ਜਨਰਲਾਂ ਨੂੰ ਕਰਨੀਆਂ ਨਹੀਂ ਚਾਹੀਦੀਆਂ। ਇਹ ਖੇਤਰ ਉਹਨਾਂ ਨੂੰ ਰਾਜਨੀਤਿਕ ਪਾਰਟੀਆਂ ਦੇ ਆਗੂ ਉਹਨਾਂ ਲਈ ਛੱਡ ਦੇਣਾ ਚਾਹੀਦਾ। ਮੈਂ ਤਾਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੋਂ ਵੀ ਇਹ ਆਸ ਕਰਦਾ ਕਿ ਉਹ ਜ਼ਿੰਮੇਵਾਰੀ ਨਾਲ ਬਿਆਨਬਾਜ਼ੀ ਕਰਨ, ਉਹ ਵੀ ਇੱਕ ਦੂਜੇ ਦੇ ਖਿਲਾਫ ਜ਼ਹਿਰ ਉਗਲਣ ਵਾਲੇ ਬਿਆਨ ਨਾ ਦੇਣ, ਬਲਕਿ ਪਾਕਿਸਤਾਨ ਵੱਲੋਂ ਚੀਨ ਵੱਲੋਂ ਕੋਈ ਚੁਣੌਤੀ ਪੈਦਾ ਹੁੰਦੀ ਹੈ, ਜਿੰਨੀ ਕੁ ਵੱਡੀ ਚੁਣੌਤੀ ਪੈਦਾ ਹੁੰਦੀ ਹੈ, ਉਹਦੇ ਬਾਰੇ 'ਚ ਆਪਣੇ ਲੋਕਾਂ ਨੂੰ ਤੱਥ ਦੱਸਣ ਲਈ ਅਤੇ ਉਹਦੇ ਉਸ ਚੁਣੌਤੀ ਦਾ ਮੁਕਾਬਲਾ ਕਰਨ ਲਈ ਅਸੀਂ ਕਿੰਨੇ ਕੁ ਸਮਰੱਥ ਹੈਗੇ ਹਾਂ, ਕਿ ਸਾਨੂੰ ਇਹਦੇ ਲਈ ਹੋਰ ਕੀ ਕਰਨ ਦੀ ਲੋੜ ਹੈ। ਇਸ ਤਰ੍ਹਾਂ ਦੀਆਂ ਗੱਲਾਂ ਰਾਜਨੀਤਿਕ ਆਗੂ ਜਾਂ ਸਾਡੇ ਜਿਹੜੇ ਮੰਤਰੀ ਆ ਉਹ ਤਾਂ ਕਰ ਸਕਦੇ ਆ, ਸਾਡੇ ਜਨਰਲਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ। ਇਹਦੇ ਨਾਲ ਭਾਰਤੀ ਫੌਜ ਦਾ ਜਿਹੜਾ ਇੱਕ ਅਕਸ ਹੈ ਕਿ ਉਹ ਪਿੱਛੇ ਰਹਿ ਕੇ ਦੇਸ਼ ਦੀ ਸੇਵਾ ਕਰਦੀ ਹੈ, ਰਾਜਨੀਤਿਕ ਲੀਡਰਾਂ ਦੀ ਤਰ੍ਹਾਂ ਬਿਆਨਬਾਜ਼ੀ ਮੂਹਰੇ ਆ ਕੇ ਨਹੀਂ ਕਰਦੀ, ਉਹ ਜਿਹੜਾ ਅਕਸ ਹੈ ਉਹ ਸਾਡੀ ਜਿਹੜੀ ਭਾਰਤੀ ਫੌਜ ਦੀ ਪਰੰਪਰਾ ਟੁੱਟ ਰਹੀ ਹੈ। ਇਹਦੇ ਨਾਲ ਜਿਹੜਾ ਇੱਕ ਕਿਸਮ ਦਾ ਇਸ ਤਰ੍ਹਾਂ ਦਾ ਪ੍ਰਭਾਵ ਬਣਦਾ ਜਿਵੇਂ ਪਾਕਿਸਤਾਨ ਦੀ ਤਰ੍ਹਾਂ ਸਾਡੀ ਵੀ ਜਿਹੜੀ ਫੌਜ ਹੈ ਉਹ ਰਾਜਨੀਤਿਕ ਮਾਮਲਿਆਂ 'ਚ ਦਖਲਅੰਦਾਜ਼ੀ ਕਰਨ ਲੱਗ ਗਈ ਹੈ ਜਾਂ ਰਾਜਨੀਤਿਕ ਮਾਮਲਿਆਂ ਬਾਰੇ ਟਿੱਪਣੀਆਂ ਕਰਨ ਲੱਗ ਗਈ ਹੈ। ਇਸ ਤਰ੍ਹਾਂ ਦੀ ਜਿਹੜੀ ਇਸ ਤਰ੍ਹਾਂ ਦਾ ਪ੍ਰਭਾਵ ਜਿਹੜਾ ਫੌਜ ਬਾਰੇ ਬਣਦਾ ਜਾ ਰਿਹਾ, ਇਹ ਤੋਂ ਬਚਣ ਦੀ ਲੋੜ ਬਚਣ ਦੀ ਲੋੜ ਹੈ। ਤੁਸੀਂ ਬਿਲਕੁਲ ਠੀਕ ਹੈ ਜੀ। ਅਤੇ ਗੱਲ ਕਰਦੇ ਹਾਂ ਨੋਟਬੰਦੀ ਅਤੇ GST, ਇਹਦੇ ਚੰਗੇ ਅਤੇ ਬੁਰੇ ਪ੍ਰਭਾਵ ਜਿਹੜੇ ਨੇ, ਇਹਨਾਂ ਸੰਬੰਧੀ ਲਗਾਤਾਰ ਚਰਚਾ ਮੀਡੀਆ ਦੇ ਵਿੱਚ ਚੱਲਦੀ ਪਈ ਹੈ, ਸਿਆਸੀ ਹਲਕਿਆਂ ਦੇ ਵਿੱਚ ਵੀ ਚੱਲਦੀ ਪਈ ਹੈ। ਔਰ ਅੱਜ ਦੀ ਖਬਰ ਮੰਚੀ ਇਹ ਹੈਗੀ ਕਿ ਜਿਹੜੇ ਤਿਉਹਾਰਾਂ ਦਾ ਮਜ਼ਾ ਇਹ ਦੋ ਜਿਹੜੇ ਕਦਮ ਨੇ ਉਹਨਾਂ ਨੇ ਕਿਰਕਿਰਾ ਕੀਤਾ, ਅਤੇ ਜਿਹੜੇ ਕਾਰੋਬਾਰੀ ਲੋਕ ਨੇ ਉਹਨਾਂ ਦਾ ਕਾਰੋਬਾਰ ਕਹਿੰਦੇ ਜੀ ਅਖਬਾਰਾਂ ਦੇ ਮੁਤਾਬਕ ਅੱਧਾ ਰਹਿ ਗਿਆ। ਇਹਦੇ ਨਾਲ ਹੀ ਖਬਰ ਮੈਂ ਲੈਣੀ ਚਾਹਾਂਗਾ, ਜਿਹੜੇ ਸਾਬਕਾ ਵਿੱਤ ਮੰਤਰੀ ਜਸਵੰਤ ਸਿਨਹਾ ਨੇ ਉਹ ਵੀ ਲਗਾਤਾਰ ਸਰਕਾਰ ਦੇ ਉੱਪਰ ਦਬਾਅ ਬਣਾ ਰਹੇ ਨੇ ਜੀ। ਉਹਨਾਂ ਨੇ ਕਿਹਾ ਕਿ ਅਰਥਚਾਰੇ ਦਾ ਜੇਕਰ ਚੀਰ ਹਰਨ ਹੋਏਗਾ ਤਾਂ ਮੈਂ ਚੁੱਪ ਨਹੀਂ ਰਹਾਂਗਾ। ਕਿਸ ਤਰ੍ਹਾਂ ਦੇਖਦੇ ਸਾਰੇ ਕੁਛ ਨੂੰ? ਪ੍ਰਾਇ ਸਾਹਿਬ ਇਹ ਗੱਲ ਹੁਣ ਸਾਬਤ ਹੋ ਚੁੱਕੀ ਹੈ ਜੀ ਕਿ ਨੋਟਬੰਦੀ ਨੇ ਦੇਸ਼ ਦੀ ਆਰਥਿਕਤਾ ਨੂੰ, ਦੇਸ਼ ਦੀ ਵਿਕਾਸ ਦਰ ਨੂੰ ਜੀ ਵੱਡਾ ਧੱਕਾ ਲਾਇਆ ਸੀਗਾ। ਉਹਦੇ ਨਾਲ ਕਿਸਾਨਾਂ ਮਜ਼ਦੂਰਾਂ ਤੋਂ ਲੈ ਕੇ ਸਨਅਤੀ ਮਜ਼ਦੂਰਾਂ ਤੱਕ, ਕਾਰੋਬਾਰੀ ਵਪਾਰੀ ਸਨਅਤਕਾਰ ਹਰ ਵਰਗ ਜਿਹੜਾ ਪ੍ਰਭਾਵਿਤ ਹੋਇਆ। ਸਮਾਜਿਕ ਤੌਰ 'ਤੇ ਲੋਕਾਂ ਨੂੰ ਵਿਆਹ ਸ਼ਾਦੀਆਂ 'ਚ ਬੜੀ ਸਮੱਸਿਆ ਆਈ, ਕਿੰਨੇ ਲੋਕ ਲਾਈਨਾਂ 'ਚ ਖੜ੍ਹੇ ਮਰੇ, ਉਹ ਸਾਰੀਆਂ ਚੀਜ਼ਾਂ ਦੇਖੀਆਂ ਅਸੀਂ। ਕਿੰਨੇ ਲੋਕਾਂ ਨੇ ਪੁਲਿਸ ਦੀਆਂ ਡਾਂਗਾਂ ਖਾਧੀਆਂ ਉਹ ਵੀ ਦੇਖਿਆ, ਅਤੇ ਉਹਦੇ ਵਿੱਚੋਂ ਨਿਕਲਿਆ ਕੀ ਹੋਇਆ? ਉਹਨੇ 99% ਜਿਹੜੀ ਕਰੰਸੀ ਸੀਗੀ, ਚਾਹੇ ਉਹ 500 ਰੁਪਏ ਦੇ ਨੋਟਾਂ ਦੇ ਰੂਪ ਸੀ, ਚਾਹੇ 1000 ਰੁਪਏ ਦੇ ਨੋਟਾਂ ਦੇ ਰੂਪ ਵਿੱਚ ਸੀਗੀ, ਉਹ ਸਾਰੀ ਮੁੜ ਕੇ ਜਮ੍ਹਾਂ ਹੋ ਗਈ। ਅਤੇ ਜੇ ਔਰ ਜਦੋਂ ਜਮ੍ਹਾਂ ਹੋ ਗਈ ਅਤੇ ਸਰਕਾਰ ਨੂੰ ਜਾਂ ਬੈਂਕਾਂ ਨੂੰ ਉਸ ਕਰੰਸੀ 'ਤੇ ਵਿਆਜ ਦੇਣਾ ਪੈ ਰਿਹਾ। ਪਹਿਲਾਂ ਜੇ ਕਾਲਾ ਧਨ ਸੀਗਾ ਤਾਂ ਲੋਕਾਂ ਕੋਲ ਹੀ ਸੀਗਾ, ਜਿਹੜੇ ਬੈਂਕਾਂ ਉਹਦੇ ਵਿਆਜ ਤਾਂ ਨਹੀਂ ਬੈਂਕਾਂ ਨੂੰ ਦੇਣਾ ਪੈ ਰਿਹਾ ਸੀ। ਹੁਣ ਤਾਂ ਕੰਮ ਇਹ ਹੋ ਗਿਆ ਕਿ ਲੋਕਾਂ ਦਾ ਕਾਲਾ ਧਨ ਜਿਹੜਾ ਉਹ ਸਫੈਦ ਹੋ ਗਿਆ, ਅਤੇ ਉਸ ਧਨ ਦੇ ਉੱਪਰ ਜਿਹੜਾ ਬੈਂਕਾਂ ਹੁਣ ਵਿਆਜ ਦੇ ਰਹੀਆਂ। ਸੋ ਇਹਦੇ ਇਹ ਇੱਕ ਬਹੁਤ ਹੀ ਗਲਤ ਕਿਸਮ ਦੀ ਕਾਰਵਾਈ ਸੀਗੀ, ਔਰ ਇਹ ਬੜੀ ਉਲਟ ਪ੍ਰਭਾਵੀ ਸਾਬਤ ਹੋਈ ਹੈ। ਇਹਦੇ 'ਚੋਂ ਕੁਝ ਕਾਲਾ ਧਨ ਬਾਹਰ ਨਹੀਂ ਆਇਆ ਅਤੇ ਕੁਝ ਸਰਕਾਰ ਨੂੰ ਫਾਇਦਾ ਨਹੀਂ ਹੋਇਆ, ਸਗੋਂ ਦੇਸ਼ ਦੀ ਵਿਕਾਸ ਦਰ ਨੂੰ, ਲੋਕਾਂ ਦੇ ਕੰਮਾਂ ਕਾਰਾਂ ਨੂੰ ਨੁਕਸਾਨ ਪਹੁੰਚਿਆ। ਇਹ ਗਲਤੀ ਨੂੰ ਨਰਿੰਦਰ ਮੋਦੀ ਦੀ ਸਰਕਾਰ ਨੂੰ ਮੰਨ ਲੈਣਾ ਚਾਹੀਦਾ, ਇਸ ਗਲਤੀ ਨੂੰ, ਕਿ ਇਹ ਸਾਡੀ ਗਲਤੀ ਦਾ ਦੇਸ਼ ਨੂੰ ਕੀਮਤ ਅਦਾ ਕਰਨੀ ਪਈ ਹੈ। ਅੱਗੇ ਰਹੀ ਗੱਲ, ਜਿਸ ਤਰ੍ਹਾਂ ਅੱਧੀ ਅਧੂਰੀ ਤਿਆਰੀ ਨਾਲ ਨੋਟਬੰਦੀ ਕੀਤੀ ਗਈ, ਫਿਰ ਹਰ ਰੋਜ਼ ਫਿਰ ਜਿੱਦਾਂ ਜਿੱਦਾਂ ਸਮੱਸਿਆਵਾਂ ਆਈਆਂ ਉਹਦੇ ਵਿੱਚ ਤਬਦੀਲੀਆਂ ਕਰਦੇ ਰਹੇ, ਹੁਣ ਅੱਧੀ ਅਧੂਰੀ ਤਿਆਰੀ ਨਾਲ GST ਇੱਕ ਗੁੰਝਲਦਾਰ ਕਾਨੂੰਨ ਲਾਗੂ ਕਰ ਦਿੱਤਾ। ਹੁਣ ਇਹਦਾ ਥੋ ਸਿਰਾ ਪਤਾ ਜਿਹੜਾ ਸਰਕਾਰ ਦੇ ਆਪਣੇ ਹੱਥ ਨਹੀਂ ਆ ਰਿਹਾ। ਇੱਕ ਥਾਂ 'ਤੇ ਖਬਰ ਛਪੀ ਸੀ ਕਿ ਜਿਹੜੇ ਸਰਕਾਰ ਦੇ GST ਵਿਭਾਗ ਦੇ ਮੁਲਾਜ਼ਮ ਸੀਗੇ
ਉਹ ਕਿਸੇ ਵਪਾਰੀ ਕੋਲ ਚਲਾ ਗਿਆ, ਉਹਨੂੰ ਕਿਹਾ ਦੇਣ ਗਏ ਸੀ ਟ੍ਰੇਨਿੰਗ ਕਿ ਰਿਟਰਨਾਂ ਕਿੱਦਾਂ ਭਰਨੀਆਂ। ਉਹਨਾਂ ਨੇ ਵਪਾਰੀਆਂ ਨੇ ਕਿਹਾ ਵੀ ਤੁਸੀਂ ਸਾਨੂੰ ਰਿਟਰਨ ਭਰ ਕੇ ਦਿਖਾਓ ਔਨਲਾਈਨ। ਉਹਨਾਂ ਨੂੰ ਆਪ ਔਨਲਾਈਨ ਰਿਟਰਨ ਭਰਦਿਆਂ ਨੂੰ 4-5 ਘੰਟੇ ਲੱਗੇ, ਰਿਟਰਨ ਫਿਰ ਨਹੀਂ ਭਰੀ ਗਈ। ਅਤੇ ਇਸ ਤਰ੍ਹਾਂ ਦਾ ਗੁੰਝਲਦਾਰ ਜਿਹਾ ਕਾਨੂੰਨ ਬਣਾਇਆ, ਜਿਹੜੇ ਵੱਖ ਵੱਖ ਕਰ ਜਿਹਦੇ ਵਿੱਚ ਕਰਾਂ ਦੀਆਂ ਵੱਖ ਵੱਖ ਸਲੈਬਾਂ ਰੱਖੀਆਂ ਹੋਈਆਂ, ਅਤੇ ਉਹ ਲੋਕਾਂ ਦੇ ਹੱਥ ਪੱਲੇ ਕੁਛ ਨਹੀਂ ਪੈ ਰਿਹਾ। ਵਪਾਰੀ ਭੰਬਲ ਭੂਸੇ 'ਚ ਹੈ, ਸਨਅਤਕਾਰ ਭੰਬਲ ਭੂਸੇ 'ਚ, ਆਮ ਨਾਗਰਿਕ ਆਮ ਲੋਕ ਭੰਬਲ ਭੂਸੇ 'ਚ ਹੈ। ਜਦੋਂ ਲੋਕਾਂ ਦਾ ਕਾਰੋਬਾਰ ਹੀ ਨਹੀਂ ਚੱਲ ਰਿਹਾ, ਲੋਕਾਂ ਕੋਲ ਪੈਸਾ ਨਹੀਂ ਹੈਗਾ, ਅਤੇ ਤਿਉਹਾਰਾਂ 'ਚੋਂ ਪੈਸਾ ਖਰਚਣਗੇ ਕਿੱਥੋਂ? ਅਤੇ ਲੋਕ ਕਿਹੜੇ ਸ਼ੌਕ ਨਾਲ ਬਾਜ਼ਾਰਾਂ 'ਚ ਜਾਣਗੇ, ਕਿਹੜੇ ਸ਼ੌਕ ਨਾਲ, ਕਿਹੜੀ ਸਮਰੱਥਾ ਨਾਲ ਉਹ ਜਿਹੜੀਆਂ ਚੀਜ਼ਾਂ ਵਸਤਾਂ ਖਰੀਦਣਗੇ? ਸ਼੍ਰੀ ਨਰਿੰਦਰ ਮੋਦੀ ਸਰਕਾਰ ਦੇ ਦੋਵੇਂ ਵੱਡੇ ਅਹਿਮ ਫੈਸਲੇ ਗਲਤ ਸਾਬਤ ਹੋਏ ਆ, ਪੁੱਠੇ ਪਏ ਆ, ਅਤੇ ਹੁਣ ਵੀ ਲੋੜ ਇਸ ਗੱਲ ਦੀ ਆ ਕਿ ਸਰਕਾਰ ਨੋਟਬੰਦੀ ਦਾ ਜੋ ਹੋਣਾ ਸੀ ਹੋ ਗਿਆ, ਹੁਣ ਜਿਹੜਾ GST ਆ ਇਹਦਾ ਸਰਲੀਕਰਨ ਕਰੇ ਸਰਕਾਰ, ਵਪਾਰੀਆਂ ਨਾਲ, ਸਨਅਤਕਾਰਾਂ ਨਾਲ, ਕਾਰੋਬਾਰੀਆਂ ਨਾਲ ਮੀਟਿੰਗ ਕਰੇ, ਆਪਣੇ ਜਿਹੜੇ ਅਧਿਕਾਰੀ ਆ GST ਵਿਭਾਗ ਦੇ ਉਹਨਾਂ ਨਾਲ ਗੱਲ ਕਰੇ, ਇਹਦਾ ਜਿੰਨੀ ਜਲਦੀ ਹੋ ਸਕੇ ਇਹਦਾ ਸਰਲੀਕਰਨ ਕਰਨਾ ਚਾਹੀਦਾ, ਤਾਂ ਕਿ ਲੋਕ ਠੀਕ ਟਾਈਮ 'ਤੇ ਰਿਟਰਨਾਂ ਭਰ ਸਕਣ, ਅਤੇ ਜਿਹੜੇ ਛੋਟੇ ਕਾਰੋਬਾਰੀ ਆ, ਛੋਟੇ ਵਪਾਰੀ ਆ, ਉਹਨਾਂ ਨੂੰ ਰਾਹਤ ਮਿਲ ਸਕੇ। ਤੋ ਚਾਰੇ ਪਾਸੇ ਤੋਂ ਜਿਹੜਾ ਦਬਾਅ ਬਣ ਰਿਹਾ, ਇਸ ਤਰ੍ਹਾਂ ਨਹੀਂ ਲੱਗਦਾ ਕਿ ਸਰਕਾਰ ਇਸ ਚੱਕਰ ਵੀ ਵਿੱਚ ਘਿਰਦੀ ਜਾ ਰਹੀ? ਨਹੀਂ, ਸਰਕਾਰ ਨੇ ਘਿਰਨਾ ਤਾਂ ਹੈਗਾ, ਜੇ ਤੁਸੀਂ ਗਲਤ ਫੈਸਲੇ ਕਰੋਗੇ ਬਿਨਾਂ ਤਿਆਰੀ ਤੋਂ, ਬਿਨਾਂ ਸੋਚੇ ਸਮਝੇ, ਉਹ ਫੈਸਲੇ ਜਿਹੜੇ ਆ ਉਲਟ ਸਾਬਤ ਹੋਣਗੇ, ਅਤੇ ਸਰਕਾਰ ਨੇ ਤਾਂ ਘਿਰਨਾ ਘਿਰਨਾ ਹੀ ਆ, ਲੋਕ ਜਵਾਬ ਤਾਂ ਮੰਗਣਗੇ ਨਾ ਜੀ। ਤੋ ਗੱਲ ਕਰਦੇ ਹਾਂ ਜੀ, ਰਾਧੇ ਮਾਂ ਅਕਸਰ ਵੱਖ ਵੱਖ ਤਰ੍ਹਾਂ ਦੇ ਨਾਲ ਸੁਰਖੀਆਂ ਦੇ ਵਿੱਚ ਬਣੀ ਰਹੀ ਹੈਗੀ ਹੈ ਜੀ। ਅੱਜ ਖਬਰ ਇੱਕ ਆਈ ਹੈ ਦਿੱਲੀ ਦੇ ਇੱਕ ਥਾਣੇ ਦੇ ਵਿੱਚ SHO ਨੇ ਉਸ ਨੂੰ ਆਪਣੀ ਕੁਰਸੀ ਜਿਹੜੀ ਉਹ ਪੇਸ਼ ਕਰ ਦਿੱਤੀ, ਉਹ ਉਸ ਕੁਰਸੀ ਦੇ ਉੱਤੇ ਬੈਠ ਗਈ। ਉਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਸੰਬੰਧਿਤ ਜਿਹੜਾ SHO ਸੀਗਾ ਉਸਨੂੰ ਮਾਂ ਟੀ ਸਸਪੈਂਡ ਕਰ ਦਿੱਤਾ ਗਿਆ, ਔਰ ਇਹ ਸਾਰੇ ਚੈਨਲਾਂ ਦੇ ਉੱਪਰ ਇਹ ਸਾਰਾ ਕੁਛ ਆਪਾਂ ਦੇਖਿਆ। ਪ੍ਰੈਸ ਸਾਹਿਬ, ਗੱਲ ਇਹ ਆ ਕਿ ਸਾਡੇ ਦੇਸ਼ ਦੇ ਅੰਦਰ ਜਿਹੜੇ ਇਹ ਵੱਖ ਵੱਖ ਤਰ੍ਹਾਂ ਦੇ ਡੇਰੇ ਆ ਜਾਂ ਸਾਧ ਸੰਤ ਹੈ, ਇਹਨਾਂ ਦੇ ਅੱਗੇ ਰਾਜਨੀਤਿਕ ਲੀਡਰ ਦਿਨ ਰਾਤ ਲੰਮੇ ਪੈਂਦੇ ਆ ਜੀ, ਔਰ ਲੋਕ ਟੈਲੀਵਿਜ਼ਨ ਚੈਨਲਾਂ 'ਤੇ, ਅਖਬਾਰਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ, ਅਤੇ ਫਿਰ ਜਦੋਂ ਇਸ ਤਰ੍ਹਾਂ ਦੇ ਜਿਹੜੇ ਸਾਧ ਸੰਤ ਆ ਕਿਸੇ ਥਾਣੇ ਜਾਂਦੇ ਆ ਜਾਂ ਕਿਤੇ ਸਰਕਾਰੀ ਦਫ਼ਤਰ ਜਾਂਦੇ ਆ, ਅਤੇ ਜਿਹੜੇ ਉੱਥੇ ਦੇ ਸਰਕਾਰੀ ਮੁਲਾਜ਼ਮ ਆ ਉਹ ਵੀ ਉਹਨਾਂ ਦੇ ਪੈਰੀਆਂ ਥਲਾਉਣ ਲੱਗ ਜਾਂਦੇ ਆ। ਜਿਸ ਤਰ੍ਹਾਂ ਹੁਣ ਦਿੱਲੀ ਦੇ ਇੱਕ ਥਾਣੇਦਾਰ ਨੇ ਆਪਣੀ ਕੁਰਸੀ 'ਤੇ ਉਹਨੂੰ ਬਿਠਾ ਦਿੱਤਾ, ਇਸ ਤਰ੍ਹਾਂ ਦੀਆਂ ਗੱਲਾਂ ਵਾਪਰਨਗੀਆਂ ਜਦੋਂ ਸਾਡੇ ਸਿਆਸਤਦਾਨ ਜਿਹੜੇ ਆ ਉਹ ਇੱਦਾਂ ਦੇ ਸਾਧ ਸੰਤਾਂ ਤੋਂ ਜਨਤਕ ਤੌਰ 'ਤੇ ਦੂਰੀ ਨਹੀਂ ਰੱਖਣਗੇ, ਔਰ ਉਹਨਾਂ ਨਾਲ ਕਾਨੂੰਨ ਦੇ ਮੁਤਾਬਕ ਜੇ ਕੋਈ ਗਲਤੀ ਕਰਦੇ ਆ ਤਾਂ ਕਾਨੂੰਨ ਦੇ ਮੁਤਾਬਕ ਉਹਨਾਂ ਨਾਲ ਆਮ ਨਾਗਰਿਕ ਦੀ ਤਰ੍ਹਾਂ ਵਿਹਾਰ ਨਹੀਂ ਕਰਨਗੇ। ਉਹਨਾਂ ਨੂੰ ਟੈਕਸ ਤੋਂ ਛੋਟਾਂ, ਉਹਨਾਂ ਦੇ ਡੇਰਿਆਂ ਜਾ ਕੇ ਉਹਨਾਂ ਨੂੰ ਗਰਾਂਟਾਂ ਦੇ ਗੱਫੇ ਦੇਣੇ, ਫਿਰ ਹਰ ਤਰ੍ਹਾਂ ਦੀ ਲੋਕਾਂ ਨਾਲ ਜਦੋਂ ਇਹ ਡੇਰੇਦਾਰ ਜਾਂ ਸਾਧ ਸੰਤ ਜ਼ਿਆਦਤੀ ਕਰਦੇ ਆ ਤਾਂ ਉਹਨਾਂ 'ਤੇ ਕਾਰਵਾਈ ਨਾ ਕਰਨੀ। ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ ਤਾਂ ਜਿਹੜੇ ਸਧਾਰਨ ਮੁਲਾਜ਼ਮ ਆ ਅਤੇ ਉਹਨਾਂ ਨੇ ਵੀ ਤਾਂ ਇਹੀ ਕੁਝ ਸਿੱਖਣਾ, ਲੀਡਰਾਂ ਤੋਂ ਹੀ ਸਿੱਖਣਾ। ਜੇ ਲੀਡਰ ਜਿਹੜੇ ਆ ਇਹਨਾਂ ਇਹੋ ਜਿਹੇ ਸਾਧਾਂ ਸੰਤਾਂ ਦੇ ਪੈਰੀਂ ਹੱਥ ਲਾਈ ਜਾਂਦੇ ਆ ਤਾਂ ਥਾਣੇਦਾਰ ਵੀ ਆਪਣੀ ਕੁਰਸੀ ਪੇਸ਼ ਕਰੂਗਾ। ਸੋ ਜੇਕਰ ਅਸੀਂ ਦੇਸ਼ ਨੂੰ ਜਿਹੜਾ 21ਵੀਂ ਸਦੀ 'ਚ ਬਿਹਤਰ ਢੰਗ ਨਾਲ ਉਹਦੀ ਅਗਵਾਈ ਕਰਨੀ ਹੈ ਦੇਸ਼ ਦੀ, ਔਰ ਆਪਣੇ ਨਾਗਰਿਕਾਂ ਨੂੰ ਤਰਕਸ਼ੀਲ ਬਣਾਉਣਾ ਹੈਗਾ, ਵਿਗਿਆਨਕ ਸੋਚ ਵਾਲੇ ਬਣਾਉਣਾ ਹੈ, ਤਾਂ ਸਾਡੇ ਜਿਹੜੇ ਰਾਜਨੀਤਿਕ ਲੀਡਰ ਹੈ ਸਾਧਾਂ ਸੰਤਾਂ ਤੋਂ ਉਹਨਾਂ ਨੂੰ ਆਪਣੀ ਦੂਰੀ ਕਾਇਮ ਕਰਨੀ ਚਾਹੀਦੀ ਹੈ। ਵੋਟਾਂ ਲੈਣ ਲਈ ਇਹਨਾਂ ਦੇ ਡੇਰਿਆਂ 'ਚ ਜਾ ਕੇ ਨੱਕ ਨਹੀਂ ਰਗੜਨੇ ਚਾਹੀਦੇ, ਬਲਕਿ ਚੰਗੀ ਕਾਰਗੁਜ਼ਾਰੀ ਨਾਲ ਲੋਕਾਂ ਦੇ ਮਨ ਜਿੱਤ ਕੇ ਸਿੱਧੇ ਤੌਰ 'ਤੇ ਲੋਕਾਂ ਤੱਕ ਪਹੁੰਚ ਕਰਕੇ ਇਲੈਕਸ਼ਨਾਂ ਜਿੱਤਣੀਆਂ ਚਾਹੀਦੀਆਂ। ਇਹ ਜਿਹੜੇ ਸ਼ਾਰਟਕੱਟ ਹੈਗੇ ਆ ਜਿਹੜੇ ਅਸੀਂ ਕਹਿੰਦੇ ਹਾਂ ਵੀ ਕੰਮ ਅਸੀਂ ਕਰਨਾ ਨਹੀਂ, ਠਗੀ ਠੋਰੀ ਕਰਨੀ ਹੈ, ਲੋਕ ਸਾਡੇ ਤੋਂ ਦੁਖੀ ਹੋ ਗਏ, ਫਿਰ ਅਸੀਂ ਦੇਖਣਾ ਕਿ ਜਿਹੜੇ ਕਿਹੜੇ ਸਾਧ ਸੰਤ ਹੈਗੇ ਆ ਉਹਨਾਂ ਦੇ ਦੁਆਲੇ ਕਿੰਨੇ ਕੁ ਲੋਕ ਜੁੜੇ ਹੋਏ ਆ, ਉੱਥੇ ਜਾਈਏ, ਉਹਦੇ ਕੋਲ ਅਪੀਲ ਕਰਾਈਏ ਅਤੇ ਆਪਣੀਆਂ ਇਲੈਕਸ਼ਨਾਂ ਜਿੱਤੀਏ। ਅਤੇ ਜਦੋਂ ਇਸ ਤਰ੍ਹਾਂ ਦੇ ਕੰਮ ਕਰਾਂਗੇ ਤਾਂ ਫਿਰ ਇਸ ਤਰ੍ਹਾਂ ਦੇ ਕ੍ਰਿਸ਼ਮੇ ਵੀ ਹੋਣਗੇ ਕਿ ਕੱਲ੍ਹ ਨੂੰ ਕੋਈ ਜੱਜ ਵੀ ਕੋਈ ਸਾਧ ਸੰਤ ਉਹਦੀ ਕਚਹਿਰੀ 'ਚ ਪੇਸ਼ ਹੋਣ ਜਾਏਗਾ ਅਤੇ ਕੱਲ੍ਹ ਨੂੰ ਕੋਈ ਜੱਜ ਵੀ ਆਪਣਾ ਕੁਰਸੀ ਛੱਡ ਕੇ ਖੜੀ ਹੋ ਜੂਗਾ ਕਿ ਕਿਸੇ ਦੂਜੇ ਸਾਧ ਨੂੰ ਆਪਣੀ ਕੁਰਸੀ 'ਤੇ ਬਿਠਾ ਦੂਗਾ। ਇਸ ਤਰ੍ਹਾਂ ਦੀ ਕੋਈ ਵੀ ਘਟਨਾ ਵਾਪਰ ਸਕਦੀ ਹੈ। ਤੋ ਸਮਾਜ ਵਿੱਚ ਜਿੱਧਰ ਵੀ ਨਜ਼ਰ ਮਾਰਦੇ ਤਰ੍ਹਾਂ ਤਰ੍ਹਾਂ ਦੀਆਂ ਔਰਾਂ ਜਿਹੜੀਆਂ ਨੇ ਉਹ ਨਜ਼ਰ ਆਉਂਦੀਆਂ, ਵਿਗਾੜ ਜਿਹਨੂੰ ਕਹਿ ਸਕਦੇ ਹਾਂ, ਅਸੀਂ ਇਹਨਾਂ ਵਿਗਾੜਾਂ ਦੇ ਵਿੱਚ ਘਿਰੇ ਹੋਏ ਹਾਂ। ਔਰ ਹੁਣ ਤਾਂ ਮਾਨਸੀ ਗੱਲ ਜਿਹੜੀ ਖਾਣ ਪੀਣ ਦੀਆਂ ਵਸਤੂਆਂ ਨੇ, ਸਬਜ਼ੀਆਂ ਨੇ, ਫਲ ਨੇ, ਉਹ ਵੀ ਤਰ੍ਹਾਂ ਤਰ੍ਹਾਂ ਦੀਆਂ ਜ਼ਹਿਰਾਂ ਤਰ੍ਹਾਂ ਤਰ੍ਹਾਂ ਦੇ ਤੇਜ਼ਾਬਾਂ ਦੇ ਨਾਲ ਕਹਿੰਦੇ ਜੀ ਸਾਫ਼ ਕੀਤੇ ਜਾ ਰਹੇ ਨੇ। ਅੱਜ ਦੀ ਖਬਰ ਹੈ, ਪਿਛਲੇ ਕਈ ਦਿਨਾਂ ਤੋਂ ਚੈਨਲਾਂ ਦੇ ਉੱਪਰ ਵੀ ਇਹ ਖਬਰ ਜਿਹੜੀ ਇਹ ਚੱਲਦੀ ਪਈ ਹੈਗੀ ਹੈ। ਅਤੇ ਅੱਜ ਖਬਰ ਇਹ ਹੈਗੀ ਕਿ ਜਲੰਧਰ ਦੇ ਵਿੱਚ ਵੀ ਜਿਹੜਾ ਤੇਜ਼ਾਬ ਹੈਗਾ ਉਹ ਤੇਜ਼ਾਬ ਦੇ ਨਾਲ ਅਦਰਕ ਨੂੰ ਧੋਤਾ ਜਾ ਰਿਹਾ ਔਰ ਉਹ ਸ਼ਰੇਆਮ ਬਾਜ਼ਾਰ ਦੇ ਵਿੱਚ ਲੋਕਾਂ ਨੂੰ, ਗਾਹਕਾਂ ਨੂੰ ਵੇਚਿਆ ਜਾ ਰਿਹਾ। ਤੋ ਬਾਕੀ ਜਿਹੜੀਆਂ ਸਬਜ਼ੀਆਂ ਫਲ ਨੇ ਉਹਨਾਂ ਨੂੰ ਵੀ ਮਾਨਸੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਕੀਟਨਾਸ਼ਕ ਨੇ ਜਾਂ ਇੱਥੋਂ ਤੱਕ ਕਿ ਇੰਜੈਕਸ਼ਨ ਵੀ ਲਗਾਏ ਜਾਂਦੇ ਨੇ। ਤੋ ਸਾਡੀ ਸਿਹਤ ਦਾ ਕੀ ਬਣੇਗਾ, ਇਹ ਵੱਡਾ ਸਵਾਲ ਮਨ ਦੇ ਵਿੱਚ ਉੱਭਰ। ਪ੍ਰੈਸ ਸਾਹਿਬ,
ਅਸਲ 'ਚ ਸਾਡੇ ਦੇਸ਼ ਦੇ ਅੰਦਰ ਜਿਹੜੀ ਸਥਿਤੀ ਇਹ ਬਣੀ ਹੋਈ ਹੈ ਕਿ ਇੰਨੀ ਪੀਂਦੀ ਹੈ ਅਤੇ ਕੁੱਤਾ ਚੱਟੀ ਜਾਂਦਾ ਅਤੇ ਇਹਦੇ 'ਚ ਕਿਹੜੇ ਖੇਤਰ 'ਚ ਕੀ ਹੋ ਰਿਹਾ ਅਤੇ ਤੁਸੀਂ ਜਿਹੜਾ ਉਹਦਾ ਸੱਚ ਜੇ ਤੁਹਾਡੇ ਸਾਹਮਣੇ ਆ ਜਾਵੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ। ਇੱਕ ਅੱਜ ਕੱਲ੍ਹ ਫੇਸਬੁੱਕ ਦੇ ਉੱਪਰ ਵੀਡੀਓ ਚੱਲ ਰਹੀ ਹੈ ਜਿਹਦੇ 'ਚ ਇੱਕ ਜਿਹੜਾ ਸਬਜ਼ੀ ਵੇਚਣ ਵਾਲਾ ਹੈ ਉਹ ਆਪਣੀ ਰੇਹੜੀ 'ਤੇ ਉਹਨੇ ਪਾਲਕ ਲੱਦੀ ਹੋਈ ਹੈ ਅਤੇ ਉਹ ਜਿਹੜਾ ਬੀਂ ਦੇ ਪਾਣੀ 'ਚੋਂ ਬਾਲਟੀਆਂ ਭਰ ਕੇ ਪਹਿਲਾਂ ਉਹ ਜਿਹੜਾ ਤਸਲੇ ਦੇ ਵਿੱਚ ਪਾਉਂਦਾ, ਤਸਲੇ ਦੇ ਵਿੱਚ ਉਹ ਪਾਲਕ ਜਾਂ ਸਾਗ ਨੂੰ ਉਹਦੇ ਵਿੱਚ ਉਹ ਧੋਂਦਾ, ਧੋ ਕੇ ਰੇਹੜੀ 'ਤੇ ਰੱਖੀ ਜਾਂਦਾ ਅਤੇ ਫਿਰ ਬੇਈ 'ਚੋਂ ਪਾਣੀ ਭਰ ਕੇ ਉਹੀ ਗੰਦਾ ਪਾਣੀ ਜਿਹੜਾ ਉਹ ਸਾਗ ਜਾਂ ਪਾਲਕ ਦੇ ਉੱਪਰ ਫੇਰ ਪਾ ਦਿੰਦਾ ਅਤੇ ਫਿਰ ਉਹਦਾ ਧੋਣ ਦਾ ਕੀ ਫਾਇਦਾ ਹੋਇਆ ਅਤੇ ਧੋ ਵੀ ਤੁਸੀਂ ਗੰਦੇ ਪਾਣੀ ਨਾਲ ਰਹੇ। ਉਹ ਜਿਹੜਾ ਪਾਲਕ ਜਾਂ ਸਾਗ ਕਿੱਥੇ ਕਿੱਥੇ ਸ਼ਹਿਰ ਜਲੰਧਰ ਪਹੁੰਚਿਆ, ਕਿਹਨੇ ਕਿਹਨੇ ਖਾਧਾ, ਉਹਦੀ ਸਿਹਤ 'ਤੇ ਇਹਦਾ ਕੀ ਅਸਰ ਹੋਣਾ ਤੁਸੀਂ ਅੰਦਾਜ਼ਾ ਲਗਾ ਸਕਦੇ ਹਾਂ। ਇਹਦੇ ਫਲ ਸਬਜ਼ੀਆਂ ਖੇਤਾਂ 'ਚ ਜਦੋਂ ਖੇਤਾਂ ਵਿੱਚੋਂ ਜਦੋਂ ਆਉਣੀਆਂ ਅਤੇ ਜਿਹੜੇ ਵੀ ਲੋਕ ਫਲ ਸਬਜ਼ੀਆਂ ਵੇਚਦੇ ਆ, ਚਾਹੇ ਉਹ ਕਿਸਾਨ ਹੈ, ਚਾਹੇ ਕੋਈ ਕਿਸਾਨਾਂ ਤੋਂ ਹੋਰ ਠੇਕੇ 'ਤੇ ਲੈ ਕੇ ਜ਼ਮੀਨ ਖੇਤੀ ਕਰਦਾ ਜਾਂ ਕਿਸਾਨਾਂ ਤੋਂ ਖੜੀ ਫਸਲ ਮੁੱਲ ਲੈ ਕੇ ਫਲ ਸਬਜ਼ੀਆਂ ਵੇਚਦਾ ਲਿਆ ਕੇ, ਉਹ ਗੰਦੇ ਪਾਣੀਆਂ ਨਾਲ ਧੋ ਕੇ ਲਿਆਈ ਜਾਂਦੇ ਆ। ਫਿਰ ਹਰ ਜਿਹੜੀ ਚਾਹੇ ਉਹ ਜਲੰਧਰ ਦੀ ਸਬਜ਼ੀ ਮੰਡੀ ਆ ਜਾਂ ਪੰਜਾਬ ਦੇ ਹੋਰ ਜ਼ਿਲ੍ਹਿਆਂ ਦੀਆਂ ਜਿਹੜੀਆਂ ਸਬਜ਼ੀਆਂ ਮੰਡੀਆਂ, ਉਹਨਾਂ ਦੇ ਆਲੇ ਦੁਆਲੇ ਜਿਹੜੇ ਇਹ ਅਰਥੀ ਇਹ ਹੈਗੇ ਆ ਜਾਂ ਜਿਹੜੇ ਲੋਕ ਉੱਥੋਂ ਸਬਜ਼ੀਆਂ ਕਿਸਾਨਾਂ ਤੋਂ ਸਿੱਧੀਆਂ ਖਰੀਦ ਕੇ ਮੰਡੀ 'ਚ ਲਿਆ ਕੇ ਵੇਚਦੇ ਆ, ਉਹਨਾਂ ਨੂੰ ਸਾਫ਼ ਕਰਨ ਲਈ ਉਹਨਾਂ ਦਿਲ ਨੂੰ ਕਈ ਤਰ੍ਹਾਂ ਦੇ ਜ਼ਹਿਰੀਲੇ ਜਿਹੜੇ ਰਸਾਇਣ ਆ ਉਹਨਾਂ ਨੂੰ ਸਾਫ਼ ਕਰਨ ਲਈ ਵਰਤੇ ਜਾਂਦੇ ਆ, ਟੱਬਾਂ ਦੇ ਵਿੱਚ ਪਾਏ ਜਾਂਦੇ ਆ। ਸਾਨੂੰ ਇਹ ਚੰਗੀ ਤਰ੍ਹਾਂ ਪਤਾ ਕਿ ਕੇਲੇ ਨੂੰ ਪਕਾਉਣ ਲਈ ਟੱਬ ਦੇ ਵਿੱਚ ਕੈਲਸ਼ੀਅਮ ਕਾਰਬਾਈਡ ਘੋਲ ਕੇ ਉਹਦੇ ਵਿੱਚ ਕੇਲਿਆਂ ਦੇ 2-4 ਡੁਬਕੀਆਂ ਲਵਾਈਆਂ ਜਾਂਦੀਆਂ ਅਤੇ ਬਾਹਰ ਰੱਖ ਦਿੱਤਾ ਜਾਂਦਾ, ਸ਼ਾਮ ਤੱਕ ਕੇਲਾ ਪੀਲਾ ਹੋ ਜਾਂਦਾ, ਪੱਕ ਜਾਂਦਾ। ਅਤੇ ਪਿਛਲੇ ਸਮੇਂ 'ਚ ਇਹ ਵੀ ਖਬਰ ਆਈ ਸੀ ਕਿ ਅੰਬਾਂ ਨੂੰ ਵੀ ਪਕਾਉਣ ਲਈ ਤੇਜ਼ੀ ਨਾਲ ਕਈ ਤਰ੍ਹਾਂ ਦੇ ਹਾਨੀਕਾਰਕ ਰਸਾਇਣ ਵਰਤੇ ਜਾਂਦੇ ਆ। ਬਾਕੀ ਅਸੀਂ ਸਾਰੇ ਜਾਣਦੇ ਹਾਂ ਕਿ ਮੱਝਾਂ ਚੋਣ ਲਈ ਜਿਹੜੇ ਆ ਉਹ ਟੀਕੇ ਲਗਾਏ ਜਾਂਦੇ ਆ। ਸੋ ਇੱਥੇ ਖਾਣ ਪੀਣ ਦੀ ਕੋਈ ਵੀ ਚੀਜ਼ ਜਿਹੜੀ ਆ ਇਹ ਸ਼ੁੱਧ ਆ, ਇਹ ਸਿਹਤ ਲਈ ਹਾਨੀਕਾਰਕ ਨਹੀਂ ਹੋਏਗੀ, ਜ਼ਿੰਮੇਵਾਰੀ ਇਸ ਤਰ੍ਹਾਂ ਦੀ ਕੋਈ ਗਰੰਟੀ ਨਹੀਂ ਹੈ। ਔਰ ਇੱਕ ਹੋਰ ਹੈਰਾਨੀ ਵਾਲੀ ਗੱਲ ਇਹ ਆਈ ਹੈ ਕਿ ਸਾਰੇ ਪੰਜਾਬ ਦੇ ਜ਼ਿਲ੍ਹਿਆਂ 'ਚ ਜਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਫੰਡ ਦਾ ਕੋਈ ਵਿਵਸਥਾ ਨਹੀਂ ਹੈਗੀ। ਇੱਕੋ ਇੱਕ ਸਾਡੀ ਲੈਬੋਰਟਰੀ ਆ ਇਸ ਤਰ੍ਹਾਂ ਦੀ, ਉਹ ਖਰੜ ਹੈ ਅਤੇ ਖਰੜ ਸਾਰੇ ਪੰਜਾਬ ਦੇ ਮਾਮਲਿਆਂ ਨਾਲ ਇੱਕੋ ਹੀ ਲੈਬੋਰਟਰੀ ਨਜਿੱਠ ਰਹੀ ਹੈ। ਉਹਦੇ ਕੋਲ ਕਦੋਂ ਸੈਂਪਲ ਪਹੁੰਚਣਗੇ, ਕਦੋਂ ਉਹ ਆਪਣੀ ਰਿਪੋਰਟ ਦੇਵੇਗੀ, ਉਹਦੇ ਬਾਰੇ ਉਹ ਫਿਰ ਅੱਗੇ ਰਿਪੋਰਟ 'ਤੇ ਕੀ ਕਾਰਵਾਈ ਹੋਏਗੀ ਕੁਛ ਕਿਹਾ ਨਹੀਂ ਜਾ ਸਕਦਾ। ਆਹ ਦੀਵਾਲੀ ਦੇ ਦਿਨ ਨੇੜੇ ਆਉਣੇ ਆ, ਹੁਣ ਵੱਖ ਵੱਖ ਥਾਵਾਂ 'ਤੇ ਸਿਹਤ ਵਿਭਾਗ ਨੇ ਛਾਪੇ ਮਾਰਨੇ ਆ, ਬਹੁਤ ਸਾਰੀਆਂ ਥਾਵਾਂ 'ਤੇ ਨਕਲੀ ਮਠਿਆਈਆਂ ਨਕਲੀ ਖੋਏ ਫੜੇ ਜਾਣੇ ਆ ਅਤੇ ਉਹ 'ਤੇ ਛਾਪੇ ਛੁਪੇ ਪੈ ਕੇ ਮੁੜ ਕੇ ਕਦੋਂ ਰਿਪੋਰਟ ਆਈ, ਉਹਨਾਂ ਦੇ ਖਿਲਾਫ਼ ਕੀ ਕਾਰਵਾਈ ਹੋਈ, ਕਿੰਨਿਆਂ ਨੂੰ ਸਜ਼ਾ ਹੋਈ, ਕੱਖ ਪਤਾ ਹੀ ਨਹੀਂ ਲੱਗਦਾ। ਸੋ ਇਹ ਸਾਰਾ ਹੀ ਸਾਡੇ ਸਿਲਸਿਲਾ ਜਿਹੜਾ ਦੇਸ਼ ਦੇ ਅੰਦਰ ਬਹੁਤ ਪਛੜ ਕੇ ਫੂਡ ਸਿਕਿਉਰਿਟੀ ਅਥਾਰਟੀ ਜਿਹੜੀ ਨੈਸ਼ਨਲ ਲੈਵਲ 'ਤੇ ਬਣੀ ਹੈ, ਵੱਖ ਵੱਖ ਰਾਜਾਂ 'ਚ ਉਹ ਕੀ ਕਰ ਰਹੀ ਹੈ, ਉਹਦੇ ਯੂਨਿਟ ਹੈਗੇ ਜਾਂ ਨਹੀਂ ਹੈਗੇ, ਉਹਦੀਆਂ ਲੈਬੋਰਟਰੀਆਂ ਹੈਗੀਆਂ ਜਾਂ ਨਹੀਂ ਹੈਗੀਆਂ, ਕੁਛ ਕਿਸੇ ਨੂੰ ਪਤਾ ਨਹੀਂ ਹੈ। ਇਹ ਤਾਂ ਸਾਰਾ ਜਿੱਦਾਂ ਕਹਿ ਸਕਦੇ ਹਾਂ ਸਾਡਾ ਸਮਾਜ ਜਿਹੜਾ ਖਾਣ ਪੀਣ ਦੀਆਂ ਚੀਜ਼ਾਂ ਦੇ ਪੱਖ ਤੋਂ ਰੱਬ ਆਸਰੇ ਇਹ ਜੀਉ ਰਿਹਾ, ਜਿਹੜੀ ਲੋਕਾਂ ਨੂੰ ਅਸੀਂ ਤੁਹਾਨੂੰ ਸਾਨੂੰ ਕੁਛ ਪਤਾ ਨਹੀਂ ਕਿ ਅਸੀਂ ਕੀ ਖਾ ਰਹੇ ਹਾਂ। ਸੋ ਇਹ ਬਹੁਤ ਵੱਡਾ ਸਵਾਲ ਹੈ, ਬਹੁਤ ਵੱਡਾ ਮਸਲਾ ਹੈ ਜਿਹਨੂੰ ਸਰਕਾਰਾਂ ਨੂੰ ਸਬੋਧਿਤ ਹੋਣਾ ਚਾਹੀਦਾ। ਪੰਜਾਬ ਦੇ ਹਰ ਜ਼ਿਲ੍ਹੇ 'ਚ ਜਿਹੜੀ ਆ ਲੈਬੋਰਟਰੀ ਕਾਇਮ ਹੋਣੀ ਚਾਹੀਦੀ ਹੈ, ਜਿਹੜੀਆਂ ਫਲ ਸਬਜ਼ੀਆਂ ਅਨਾਜ ਦੇ ਸੈਂਪਲ ਸਮੇਂ ਸਮੇਂ 'ਤੇ ਜਿਹੜੀਆਂ ਸੰਬੰਧਿਤ ਅਥਾਰਟੀ ਹੈ ਉਹਨੂੰ ਲੈਣੇ ਚਾਹੀਦੇ ਆ, ਅਤੇ ਅਗਰ ਕੋਈ ਚੀਜ਼ ਜਿਹੜੀ ਹਾਨੀਕਾਰਕ ਪਾਈ ਜਾਂਦੀ ਹੈ ਅਤੇ ਉਸੇ ਸਮੇਂ ਜਿਹੜਾ ਉਤਪਾਦਨ ਕਰਨ ਵਾਲਾ ਵਿਅਕਤੀ ਹੈ ਜਾਂ ਵੇਚਣ ਵਾਲਾ ਵਿਅਕਤੀ ਹੈ ਉਹ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਜੀ, ਤੋ ਚੱਲਦੇ ਚੱਲਦੇ ਖਬਰ ਅਸੀਂ ਹੋਰ ਲੈਣੀ ਚਾਹਾਂਗੇ ਜੀ। ਅਮਰੀਕਾ ਦੇ ਸੁਰੱਖਿਆ ਮੰਤਰੀ ਜਿਮ ਮੈਟਸ ਨੇ ਕਿਹਾ ਹੈਗਾ ਕਿ ਜੇਕਰ ਪਾਕਿਸਤਾਨ ਬਾਜ਼ ਨਹੀਂ ਆਉਂਦਾ ਜਾਂ ਉਹ ਕਹਿੰਦੇ ਜੀ ਆਪਣੇ ਤੌਰ ਤਰੀਕੇ ਨਹੀਂ ਬਦਲਦਾ ਤਾਂ ਟਰੰਪ ਕੋਈ ਵੀ ਕਾਰਵਾਈ ਕਰ ਸਕਦੇ ਨੇ। ਪ੍ਰੈਸ ਸਾਹਿਬ, ਬਿਨਾਂ ਸ਼ੱਕ ਅਮਰੀਕਾ ਨੇ ਪਾਕਿਸਤਾਨ 'ਤੇ ਕਾਫੀ ਦਬਾਅ ਪਾਇਆ ਹੈਗਾ ਜੀ। ਅਮਰੀਕਾ ਇਹ ਚਾਹੁੰਦਾ ਆ ਕਿ ਪਾਕਿਸਤਾਨ ਜਿਹੜਾ ਅੱਤਵਾਦੀਆਂ ਨੂੰ ਸ਼ਹਿ ਦੇਣ ਦੀ ਦੋਗਲੀ ਖੇਡ ਖੇਡ ਰਿਹਾ, ਅਫਗਾਨਿਸਤਾਨ ਦੇ ਖਿਲਾਫ਼ ਜਿਹੜੇ ਤਾਲਿਬਾਨ ਹਮਲੇ ਕਰਦੇ ਆ ਉਹਨਾਂ ਨੂੰ ਸ਼ੈਲਟਰ ਦੇ ਰਿਹਾ, ਭਾਰਤ ਦੇ ਖਿਲਾਫ਼ ਜਿਹੜੇ ਅੱਤਵਾਦੀ ਹਮਲੇ ਕਰਦੇ ਆ ਉਹਨਾਂ ਨੂੰ ਉਹਨਾਂ ਦੀ ਉਹ ਪਨਾਹਗਾਹ ਬਣਿਆ ਹੋਇਆ। ਇਸ ਤਰ੍ਹਾਂ ਦੀ ਜਿਹੜੀ ਦੋਹਰੀ ਖੇਡ ਖੇਡ ਰਿਹਾ ਇਹ ਬੰਦ ਹੋਣੀ ਚਾਹੀਦੀ ਹੈ। ਪਾਕਿਸਤਾਨ ਸਿਰਫ ਜਿਹੜੇ ਅੱਤਵਾਦੀ ਪਾਕਿਸਤਾਨ ਦੇ ਖਿਲਾਫ਼ ਲੜਾਈ ਲੜ ਰਿਹਾ ਉਹਨਾਂ ਦੇ ਖਿਲਾਫ਼ ਹੀ ਉਹ ਕਾਰਵਾਈ ਕਰਦਾ, ਬਾਕੀ ਗੁਆਂਢੀਆਂ ਉਹਦੇ ਘਰੋਂ ਉੱਠ ਕੇ ਗੁਆਂਢੀਆਂ ਦੇ ਘਰ ਜਾ ਕੇ ਅੱਤਵਾਦੀ ਕੀ ਜਾ ਕੇ ਕਰ ਰਿਹਾ, ਕੀ ਕਰਕੇ ਵਾਪਸ ਆ ਰਿਹਾ, ਇਹਦੇ ਬਾਰੇ ਪਾਕਿਸਤਾਨ ਕੋਈ ਧਿਆਨ ਨਹੀਂ ਦਿੰਦਾ। ਬਲਕਿ ਅਫਗਾਨਿਸਤਾਨ ਦੇ ਖਿਲਾਫ਼, ਹਿੰਦੁਸਤਾਨ ਦੇ ਖਿਲਾਫ਼ ਜਿਹੜੇ ਅੱਤਵਾਦੀ ਕਾਰਵਾਈਆਂ ਕਰਦੇ ਆ ਉਹਨਾਂ ਦੀ ਸਿੱਖਿਆ ਦਿੱਖਿਆ ਦਾ ਕੰਮ ਵੀ ਜਿਹੜਾ ਉਹ ਪਾਕਿਸਤਾਨ ਦੀ ਫੌਜ ਅਤੇ ISI ਕਰਦੀ ਹੈ। ਸੋ ਇਸ ਗੱਲ ਦਾ ਹੁਣ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ, ਅਮਰੀਕਾ ਨੂੰ ਪਤਾ ਲੱਗ ਗਿਆ। ਇੱਕ ਪਾਸੇ ਤਾਂ ਅੱਤਵਾਦ ਦਾ ਮੁਕਾਬਲਾ ਕਰਨ ਲਈ ਅਮਰੀਕਾ ਤੋਂ ਪਾਕਿਸਤਾਨ ਪੈਸੇ ਲਈ ਜਾਂਦਾ, ਦੂਜੇ ਪਾਸੇ ਉਹਦੇ ਹੀ ਪਾਲੇ ਹੋਏ ਜਿਹੜੇ ਅੱਤਵਾਦੀ ਹੈ ਅਫਗਾਨਿਸਤਾਨ ਦੇ ਅੰਦਰ ਜਾ ਕੇ ਅਮਰੀਕੀ ਫੌਜਾਂ 'ਤੇ ਹਮਲੇ ਕਰੀ ਜਾਂਦੇ ਆ, ਅਮਰੀਕਾ ਦੇ ਬੰਦਿਆਂ ਨੂੰ ਮਾਰੀ ਜਾਂਦੇ ਆ। ਸੋ ਇਹ ਜਿਹੜੀ
दोगली खेड जिहड़ी लंबे समय तो पाकिस्तान खेड दा आ रहा है पूरी तरह नंगी हो चुकी है। इसे लिए हुण ट्रंप सरकार पाकिस्तान ते दबाव पा रही है, उन्हूं एक मौका दिता जा रहा, जे वो अपना ये दोगला अमल बंद नहीं करता तो फिर पाकिस्तान वालों कोई सख्त कार्रवाई की संभावना बन सकती है जी। तो खबरों के आर पार की इस कड़ी नूं इत्थे ही समेटदे हां, अगले हफ्ते ताज़ा कड़ी लैके मुड़ थोड़े रूबरू होवांगे। मानक जी, थोड़ा धन्यवाद। शुक्रिया जी।